ਤਾਂ ਹੰਝੂ ਗੈਸ ਦੇ ਗੋਲਿਆਂ ਦੇ ਵਿਚਾਲੇ ਮੈਂ ਕੋਸ਼ਿਸ਼ ਕਰ ਰਿਹਾ ਤਸਵੀਰ ਦਿਖਾ ਸਕਾਂ। ਇਸ ਸਮੇਂ ਜਿਹੜਾ ਦਿੱਲੀ ਤੋਂ ਲੁਧਿਆਣੇ ਵਾਲੇ ਪਾਸੇ ਰਸਤਾ ਜਾਂਦਾ ਉਸ ਬ੍ਰਿਜ ਦੇ ਉੱਤੇ ਮੌਜੂਦ ਨੇ ਅਤੇ ਉੱਥੋਂ ਤੁਸੀਂ ਦੇਖੋ ਕਿ ਉਸ ਵਾਲੇ ਪਾਸੇ ਹੁਣ ਤੱਕ ਬੈਰੀਕੇਡ ਨਹੀਂ ਹਟਾਏ ਸੀ ਪਰ ਉੱਥੇ ਵੀ ਪ੍ਰਦਰਸ਼ਨਕਾਰੀ ਬਿਲਕੁਲ ਅੱਗੇ ਤੱਕ ਪਹੁੰਚ ਚੁੱਕੇ ਨੇ। ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਵਿਚਾਲੇ। ਬਿਲਕੁਲ ਜਦੋਂ ਪ੍ਰਦਰਸ਼ਨਕਾਰੀ ਕਿਸਾਨ ਅੱਗੇ ਪਹੁੰਚ ਗਏ ਨੇ ਤਾਂ ਕਿਸਾਨਾਂ ਜਿਹੜੀ ਤੁਸੀਂ ਕਹਿ ਸਕਦੇ ਹੋ ਕਿ ਟੀਅਰ ਗੈਸ ਜਿਹੜੀ ਛੱਡੀ ਜਾ ਰਹੀ ਸੀ ਉਸ ਦੇ ਉੱਤੇ ਥੋੜ੍ਹੀ ਜਿਹੀ ਬ੍ਰੇਕ ਜ਼ਰੂਰ ਲੱਗੀ ਹੈ ਤਾਂ ਹੁਣ ਕਿਸਾਨ ਅੱਗੇ ਵੱਧਦੇ ਹੋਏ ਟਰੈਕਟਰ ਟਰਾਲੀਆਂ ਇਸ ਸਮੇਂ ਸਾਨੂੰ ਨਜ਼ਰ ਆ ਰਹੀਆਂ ਨੇ, ਖਾਸ ਤੌਰ 'ਤੇ ਟਰੈਕਟਰ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦੇ ਵੱਲੋਂ ਹੁਣ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅੱਗੇ ਵਧਿਆ ਜਾ ਸਕੇ। ਔਰ ਦੋਵੇਂ ਪਾਸੇ ਦੀਆਂ ਤਸਵੀਰਾਂ ਮੈਂ ਦੇਖ ਕੇ ਤੁਹਾਡੇ ਤੱਕ ਕਹਾਣੀ ਦੱਸ ਰਿਹਾ ਕਿ ਆਖਿਰ ਕੀ ਕੁਝ ਮਾਹੌਲ ਇਸ ਸਮੇਂ ਇੱਥੇ ਬਣਿਆ ਹੋਇਆ। ਅਸੀਂ ਇਸ ਸਮੇਂ ਮੌਜੂਦ ਹੈ ਸ਼ੰਭੂ ਬੈਰੀਅਰ ਦੇ ਉੱਤੇ ਔਰ ਸ਼ੰਭੂ ਬੈਰੀਅਰ ਦੇ ਉੱਤੇ ਜਦੋਂ ਦਿੱਲੀ ਵਾਲੇ ਪਾਸੇ ਜਾਂਦੇ ਹੋ ਤਾਂ ਸਥਿਤੀ ਇੱਕ ਪਾਸੇ ਤਾਂ ਕਲੀਅਰ ਹੋ ਚੁੱਕੀ ਹੈ, ਦੂਜੇ ਪਾਸੇ ਜਿਹੜਾ ਇਨਫੈਕਟ ਦੋਵੇਂ ਪਾਸੇ ਥੋੜ੍ਹੇ ਜਿਹੇ ਕਿਉਂਕਿ ਦਿੱਲੀ ਜਾਣ ਲੱਗੇ ਤਾਂ ਜਿਹੜਾ ਪ੍ਰਦਰਸ਼ਨਕਾਰੀ ਨੇ ਉਹਨਾਂ ਦਾ ਕਾਫੀ ਅੱਗੇ ਤੱਕ ਉਹਨਾਂ ਨੇ ਲੇਅਰਸ ਹਟਾ ਦਿੱਤੀਆਂ ਨੇ, ਹਾਲਾਂਕਿ ਦੂਜੇ ਪਾਸੇ ਅਜੇ ਉਨੀਆਂ ਲੇਅਰਸ ਨਹੀਂ ਹਟਾਈਆਂ ਗਈਆਂ ਤਾਂ ਇਹ ਤਸਵੀਰਾਂ ਆਪਣੇ ਆਪ ਬਿਆਨ ਕਰ ਰਹੀਆਂ ਨੇ ਕਿ ਕੀ ਕੁਝ ਮਾਹੌਲ ਸ਼ੰਭੂ ਬੈਰੀਅਰ ਦੇ ਉੱਤੇ ਇਸ ਸਮੇਂ ਬਣਿਆ ਹੋਇਆ। ਕਿਸਾਨ ਅੱਗੇ ਵੱਧ ਰਹੇ ਨੇ, ਦਿੱਲੀ ਕੂਚ ਦਾ ਐਲਾਨ ਕਿਸਾਨਾਂ ਦੇ ਵੱਲੋਂ ਕੀਤਾ ਗਿਆ ਸੀ।